ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਣੇ ਕੋਲ ਦੋ ਪਾਰਸਲ ਆਏ ਨੇਗੇ ਆਪਾਂ ਇਹਨਾਂ ਦੀ ਓਪਨਿੰਗ ਕਰ ਰਹੇ ਕਾਟਨ ਦੇ ਸੂਟ ਨੇ ਇੱਕ ਪ੍ਰਿੰਟਡ ਹੈ ਤੇ ਇੱਕ ਪਲੇਨ ਸਟਫ ਹੈ ਪਲੇਨ ਤੁਸੀਂ ਕਿਵੇਂ ਵੀ ਸਟਿਚ ਕਰਾ ਸਕਦੇ ਹੋ ਲੇਸਿਸ ਵਗੈਰਾ ਲਵਾ ਕੇ ਜਾਂ ਫਿਰ ਵਰਕ ਵੀ ਕਰਾ ਸਕਦੇ ਹੋਗੇ ਕੱਪੜਾ ਬਹੁਤ ਹੀ ਫਾਈਨ ਹੈ ਕੱਪੜਾ ਯੂਜ ਕਰਕੇ ਦੇਖਿਆ ਹੋਇਆ ਪਹਿਲਾਂ ਵੀ ਕਾਫੀ ਸੂਟ ਆ ਚੁੱਕੇ ਨੇ ਇਹਦੇ ਤੇ ਹੁਣ ਇੱਕ ਪੀਸ ਹੋਰ ਮੰਗਾਇਆ ਹੈਗਾ ਬਹੁਤ ਹੀ ਪਿਆਰਾ ਕਲਰ ਹੈ ਦੇਖੋ ਤੇ ਰੈਸਟ ਸ਼ੇਡ ਹੈ ਤੁਸੀਂ ਇਹਨੂੰ ਜਿਵੇਂ ਵੀ ਸਟਿਚ ਕਰਵਾ ਸਕਦੇ ਹੋ ਚਾਹੇ ਇਹਦੇ ਤੇ ਲੇਸ ਲਵਾ ਲਓ ਚਾਹੇ ਤੁਸੀਂ ਇਹਦੇ ਵਰਕ ਕਰਾ ਲਓ ਮਤਲਬ ਬਹੁਤ ਸੋਹਣਾ ਕੱਪੜਾ ਪੂਰਾ 5 ਮੀਟਰ ਸੂਟ ਆਊਗਾ ਇਹ ਤੁਹਾਨੂੰ 650 ਦੇ ਵਿੱਚ ਪਊਗਾ ਤੇ ਇਹਦੀ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੁਸੀਂ ਦੇਖ ਸਕਦੇ ਹੋ ਇਹਨਾਂ ਵਾਲਾ ਪੀਸ ਬਹੁਤ ਪਿਆਰਾ ਕਲਰ ਹੈ ਤੇ ਇਹਦੇ ਵਿੱਚ ਹੋਰ ਵੀ ਕਲਰ ਨੇ ਕਲਰ ਤੁਹਾਨੂੰ ਕਮੈਂਟ ਬਾਕਸ ਵਿੱਚ ਇਹਦੀ ਪਿਕ ਪਾ ਦਾਂਗੇ ਕਲਰਸ ਦੀ ਜੇ ਤੁਸੀਂ ਆਰਡਰ ਕਰਨਾ ਹੋਊਗਾ ਬਹੁਤ ਹੀ ਸੋਹਣਾ ਬਿਲਕੁਲ ਗਰਮੀਆਂ ਲਈ ਹਲਕਾ ਕੱਪੜਾ ਹੈਗਾ ਤੇ ਬਹੁਤ ਸੋਹਣਾ ਸਟਫ ਹੈਗਾ ਲਾਈਨਿੰਗ ਦੀ ਵੀ ਕੋਈ ਜ਼ਰੂਰਤ ਨਹੀਂ ਇਹਦੇ ਵਿੱਚ ਤੇ ਨੈਕਸਟ ਸੂਟ ਆਪਾਂ ਖੋਲਦੇ ਹਾਂ ਇਹ ਦੁਪੱਟੇ ਨਾਲ ਹੈਗਾ ਇਹਨੂੰ ਤੁਸੀਂ ਡਿਜ਼ਾਈਨਰ ਵੀ ਤਿਆਰ ਕਰਵਾ ਸਕਦੇ ਹੋ ਜਿਵੇਂ ਤੁਹਾਡਾ ਦਿਲ ਕਰੇ ਬਹੁਤ ਹੀ ਪਿਆਰਾ ਸਟਫ ਹੈ ਇਹਦਾ ਵੀ ਕਲਰ ਦੇਖੋ ਤੁਸੀਂ ਜੋ ਦੇਖਿਆ ਸੀ ਫੋਟੋ 'ਚ ਸੇਮ ਉਹੀ ਕਲਰ ਆਇਆ ਇਹ ਇਹਦੀ ਸ਼ਰਟ ਹੈ ਦੇਖੋ ਕਲਰ ਕਿੰਨਾ ਪਿਆਰਾ ਇਹ ਕੱਪੜਾ ਵੱਡੇ ਪਣੇ 'ਚ ਆਊਗਾ ਤੇ ਇਹ 190 ਆਊਗਾ ਦੇਖ ਸਕਦੇ ਹੋ ਤੁਸੀਂ ਕਲਰ ਇਹਦਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਤੇ ਇਹ ਇਸਦੀ ਬੋਟਮ ਹੈ ਕੈਮਰਿਕ ਕਾਟਨ ਦੀ ਸ਼ਰਟ ਹੈ ਤੇ ਉਸਦੀ ਬੋਟਮ ਹੈ ਤੇ ਇਹ ਮਲ ਕਾਟਨ ਦਾ ਦੁਪੱਟਾ ਹੈ ਤੇ ਦੁਪੱਟਾ ਚਿਕਨ ਵਰਕ ਹੋਇਆ ਹੋਇਆ ਉੱਪਰ ਸਾਰੇ ਸਕੈਲਪਿੰਗ ਹੋਈ ਹੋਈ ਹੈ ਦੋਈ ਸਾਈਡ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਐਨ ਖੁੱਲਾ ਡੁੱਲਾ ਬਣਿਆ ਹੋਇਆ ਦੇਖੋ ਦੁਪੱਟਾ ਨੇੜੇ ਤੋਂ ਬਿਲਕੁਲ ਐਨ ਸਾਫ ਵਰਕ ਹੋਇਆ ਹੋਇਆ ਕੋਈ ਵੀ ਮਤਲਬ ਐਵੇਂ ਨਹੀਂ ਵੀ ਥਰੈਡ ਛੱਡੇ ਹੋਏ ਨੇਗੇ ਬਹੁਤ ਪਿਆਰਾ ਵਰਕ ਹੈਗਾ ਤੇ ਸਟਫ ਵੀ ਬਹੁਤ ਜ਼ਿਆਦਾ ਸੋਹਣਾ ਹੈ ਬਿਲਕੁਲ ਸੋਫਟ ਸਟਫ ਹੈ ਤੇ ਕੋਈ ਉਹ ਵੀ ਨਹੀਂ ਬਿਲਕੁਲ ਹਲਕਾ ਵੀ ਨਹੀਂ ਹੈ ਬਹੁਤ ਸੋਹਣਾ ਸਟਫ ਹੈ ਦੇਖੋ ਤੇ ਦੇਖੋ ਕਿੰਨੀ ਸਫਾਈ ਨਾਲ ਸਕੈਲਪਿੰਗ ਕਰੀ ਹੋਈ ਹੈਗੀ ਤੁਸੀਂ ਇਹ ਸੂਟ ਆਰਡਰ ਕਰ ਸਕਦੇ ਹੋ ਗਰਮੀ 'ਚ ਤੁਸੀਂ ਇਹਨੂੰ ਡਿਜ਼ਾਇਨ ਤਿਆਰ ਕਰਵਾ ਕੇ ਜਿਵੇਂ ਮਰਜ਼ੀ ਬਣਾ ਲਓ ਇਹਦੇ ਦੋ ਸਾਈਡ ਬਾਰਡਰ ਇੱਦਾਂ ਆਊਗਾ ਇੱਧਰਲੀ ਸਾਈਡ ਉਵੇਂ ਪਲੇਨ ਹੀ ਆਊਗਾ ਇੱਥੇ ਆਪਾਂ ਕੁਛ ਲੇਸਿਸ ਲੇਸ ਵਗੈਰਾ ਲਵਾ ਸਕਦੇ ਹਾਂ ਇਹਨੂੰ ਐਵੇਂ ਫੋਲਡ ਕਰਕੇ ਵਾਈਟ ਕਲਰ ਦਾ ਕੁਛ ਵੀ ਇਹਦੇ ਤੇ ਲਗਵਾ ਸਕਦੇ ਹਾਂ ਤੇ ਸ਼ਰਟ ਆਪਾਂ ਤੇ ਵੀ ਆਪਾਂ ਲੇਸ ਲਵਾ ਕੇ ਨਾ ਨਾਲ ਉੱਦਾਂ ਤਿਆਰ ਕਰਵਾ ਸਕਦੇ ਹਾਂਗੇ ਤੁਸੀਂ ਇਹਨੂੰ ਜਿਵੇਂ ਮਰਜ਼ੀ ਕੱਪੜਾ ਬਹੁਤ ਹੀ ਪਿਆਰਾ ਜੇ ਤੁਸੀਂ ਨਾ ਹੱਥ ਲਾ ਕੇ ਇਹਨੂੰ ਫੀਲ ਕਰੋ ਤਾਂ ਬਹੁਤ ਕੰਫਰਟੇਬਲ ਸਟਫ ਹੈ ਤੇ ਕੋਈ ਹਲਕਾ ਕੱਪੜਾ ਨਹੀਂ ਹੈ ਦੇਖੋ ਬਿਲਕੁਲ ਇਸੇ ਤਰ੍ਹਾਂ ਹੀ ਬੋਟਮ ਦਾ ਜਿਵੇਂ ਅੱਜ ਕੱਲ੍ਹ ਰਿਵਾਜ਼ ਚੱਲ ਰਿਹਾ ਹੈਗਾ ਲੇਸਿਸ ਲਾ ਕੇ ਤੁਸੀਂ ਆਪਦਾ ਸੂਟ ਜਿੰਨਾ ਮਰਜ਼ੀ ਸੋਹਣਾ ਤੇ ਡਿਜ਼ਾਈਨ ਪਾ ਕੇ ਤਿਆਰ ਕਰਵਾ ਸਕਦੇ ਹੋਗੇ ਕੋਈ ਕੱਪੜੇ 'ਚ ਨੁਕਸ ਨਹੀਂ ਹੈ ਇਹ ਤੁਹਾਨੂੰ ਇਸੇ ਲਈ ਕਲਰ ਦਿਖਾਏ ਜਾਂਦੇ ਨੇ ਵੀ ਤੁਸੀਂ ਕਨਫਿਊਜ਼ ਨਾ ਹੋਵੋ ਵੀ ਫੋਟੋਆਂ ਦੇਖ ਕੇ ਪਤਾ ਨਹੀਂ ਲੱਗਦਾ ਇਹ ਤੁਸੀਂ ਦੇਖ ਕੇ ਸਮਝ ਸਕਦੇ ਹੋ ਵੀ ਕਲਰ ਇੱਦਾਂ ਹੀ ਆਉਣਗੇ ਹਲਕਾ ਇੱਕ ਅੱਧਾ ਟੋਨ ਲਾਈਟ ਡਾਰਕ ਹੋ ਜਾਂਦਾ ਕਿਉਂਕਿ ਫੋਨਾਂ ਦੇ ਅਲੱਗ ਅਲੱਗ ਕੈਮਰਿਆਂ ਕਰਕੇ ਨਹੀਂ ਸੇਮ ਹੀ ਚੀਜ਼ ਆਊਗੀ ਤੁਸੀਂ ਦੇਖ ਸਕਦੇ ਹੋ ਇਹ ਸੂਟ ਤੁਹਾਨੂੰ ਪਊਗਾ 1520 ਰੁਪਏ ਦਾ ਵਿੱਚ ਹੀ ਸ਼ਿਪਿੰਗ ਇਹਦੀ ਹੋ ਜਾਊਗੀ
ਤੇ ਵਿੱਚ ਹੀ ਸੂਟ ਦਾ ਪ੍ਰਾਈਸ ਹੋ ਜੂਗਾ। ਸੂਟ ਬਹੁਤ ਪਿਆਰਾ, ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਇਹਨੂੰ। ਓਕੇ ਜੀ, ਥੈਂਕ ਯੂ।